ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਆ ਦੇਖੋ ਜੀ ਆਪਣੇ ਪਿੰਡਾਂ ਦਾ ਵਿਊ। 5 ਵੱਜ ਚੁੱਕੇ ਨੇ, ਧੁੱਪ ਹਜੇ ਵੀ ਬਹੁਤ ਜ਼ਿਆਦਾ। ਦੇਖੋ ਆਪਾਂ ਪੁਦੀਨਾ ਤੋੜਦੇ ਹਾਂ, ਕਿੰਨਾ ਸੋਹਣਾ ਕੱਚਾ ਕੱਚਾ ਪੁਦੀਨਾ। ਬਹੁਤ ਵਧੀਆ ਹੋਇਆ ਪਿਆ ਜੀ, ਹਜੇ ਇਹਨੂੰ ਸੁੰਡੀ ਸਾਂਡੀ ਜੀ ਨਹੀਂ ਪਈ ਹੈਗੀ, ਨਹੀਂ ਤਾਂ ਮੈਂ ਜਦ ਮੱਛਰ ਜਿਹਾ ਬਹੁਤਾ ਹੋ ਜੂ ਫਿਰ ਇਹਨੇ ਮੱਛਰ ਨੇ ਖਾ ਲੈਣਾ, ਹਜੇ ਤਾਂ ਬਹੁਤ ਵਧੀਆ। ਚਲੋ ਜੀ ਆਪਾਂ ਗੈਸ ਬਾਲਦੇ ਹਾਂ, ਉੱਪਰ ਧਰਦੇ ਹਾਂ ਪਾਈਨ। ਪਾਈਨ ਨੂੰ ਆਪਾਂ ਗਰਮ ਕਰ ਲੈਂਦੇ ਹਾਂ ਚੰਗੀ ਤਰ੍ਹਾਂ। ਲਓ ਜੀ ਪਾਈਨ ਆਪਣਾ ਗਰਮ ਹੋ ਗਿਆ, ਇਹਦੇ ਵਿੱਚ ਆਪਾਂ 2 ਚਮਚੇ ਜੀਰੇ ਦੇ ਪਾ ਲੈਂਦੇ ਹਾਂ। ਜੀਰੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ, ਇੱਦਾਂ ਚਮਚਾ ਫੇਰ ਫੇਰ ਕੇ ਭੁੰਨਾਂਗੇ। ਚੰਗੀ ਤਰ੍ਹਾਂ ਭੁੰਨਾਂਗੇ ਇੱਦਾਂ ਚਮਚਾ ਫੇਰ ਫੇਰ ਕੇ, ਜਿੰਨੀ ਦੇਰ ਤੱਕ ਆਪਣਾ ਜੀਰਾ ਥੋੜ੍ਹਾ ਜਿਹਾ ਬਰਾਊਨ ਨਹੀਂ ਹੋ ਜਾਂਦਾ, ਉਨੀ ਦੇਰ ਤੱਕ ਆਪਾਂ ਜੀਰੇ ਨੂੰ ਭੁੰਨੇ ਰੱਖਾਂਗੇ, ਕਿਉਂਕਿ ਭੁੰਨੇ ਹੋਏ ਦਾ ਜੀਰੇ ਦਾ ਟੇਸਟ ਬਹੁਤ ਵਧੀਆ ਆਉਂਦਾ ਜੀ। ਜਦ ਜੀਰੇ 'ਚ ਭੁੰਨੇ ਦੀ ਖੁਸ਼ਬੂ ਆਉਣ ਲੱਗ ਜੂ ਫਿਰ ਆਪਾਂ ਗੈਸ ਨੂੰ ਬੰਦ ਕਰ ਦੇਵਾਂਗੇ। ਲਓ ਜੀ ਜੀਰਾ ਆਪਣਾ ਭੁੰਨਿਆ ਗਿਆ, ਦੇਖੋ ਰੋਸਟ ਹੋ ਗਿਆ ਚੰਗੀ ਤਰ੍ਹਾਂ। ਜੀਰਾ ਆਪਣਾ ਭੁੰਨਿਆ ਗਿਆ ਜੀ, ਚੰਗੀ ਤਰ੍ਹਾਂ ਰੋਸਟ ਹੋ ਗਿਆ। ਹੁਣ ਆਪਾਂ ਗੈਸ ਨੂੰ ਬੰਦ ਕਰ ਦਿੰਦੇ ਹਾਂ, ਜੀਰੇ ਨੂੰ ਆਪਾਂ ਥੋੜ੍ਹਾ ਜਿਹਾ ਠੰਡਾ ਕਰ ਲੈਂਦੇ ਹਾਂ। ਲਓ ਜੀ ਜੀਰੇ ਨੂੰ ਹੁਣ ਆਪਾਂ ਬਰੀਕ ਕਰ ਲੈਂਦੇ ਹਾਂ, ਕੁੱਟ ਕੇ ਆਪਾਂ ਨੇ ਕੁੰਡੀ ਵਿੱਚ ਪਾ ਲਿਆ ਛੋਟੀ ਜਿਹੀ ਦੇ ਵਿੱਚ। ਇਹਨੂੰ ਆਪਾਂ ਚੰਗੀ ਤਰ੍ਹਾਂ ਬਰੀਕ ਕਰ ਲੈਂਦੇ ਹਾਂ। ਜੀਰਾ ਦੇਖੋ ਆਪਾਂ ਨੇ ਕੁੱਟ ਕੇ ਬਰੀਕ ਕਰ ਲਿਆ। ਹੁਣ ਆਪਾਂ ਜਾਰ ਲੈ ਲੈਂਦੇ ਹਾਂ, ਇਹਦੇ ਵਿੱਚ ਆਪਾਂ ਪੁਦੀਨੇ ਦੇ ਪੱਤੇ ਪੱਤੇ ਤੋੜ ਕੇ ਪਾ ਲਾਂਗੇ, ਡੰਡੀਆਂ ਨਹੀਂ ਪਾਵਾਂਗੇ। ਇੱਦਾਂ ਪੱਤੇ ਤੋੜ ਕੇ ਆਪਾਂ ਪੁਦੀਨੇ ਦੇ ਵਿੱਚ ਐਡ ਕਰ ਲੈਂਦੇ ਹਾਂ ਜਾਰ ਦੇ। ਕਿਉਂਕਿ ਡੰਡੇ ਜੇ ਵਿੱਚ ਪੀਸੇ ਨਹੀਂ ਜਾਂਦੇ ਜੀ, ਇਹ ਫਿਰ ਮੂੰਹ ਜੇ ਚਾਉਂਦੇ ਬੁਰੇ ਲੱਗਦੇ ਨੇ, ਇਸ ਲਈ ਆਪਾਂ ਪੱਤੇ ਪੱਤੇ ਤੋੜ ਕੇ ਪਾ ਲਵਾਂਗੇ। ਪੁਦੀਨਾ ਬਹੁਤ ਵਧੀਆ ਕੱਚਾ ਕੱਚਾ। ਲਓ ਜੀ ਆਪਾਂ ਇੱਕ ਹਰੀ ਮਿਰਚ ਪਾ ਲੈਂਦੇ ਹਾਂ, ਕਾਲਾ ਨਮਕ ਪਾਉਂਦੇ ਹਾਂ, ਨਮਕ ਪਾ ਲੈਂਦੇ ਹਾਂ, ਮਿਰਚ ਪਾ ਲੈਂਦੇ ਹਾਂ। ਆਪਾਂ 1 ਲੀਟਰ ਪਾਣੀ ਦਾ ਬਣਾਵਾਂਗੇ ਜੀ ਜਲ ਜੀਰੇ ਦਾ। ਲਓ ਜੀ ਆਪਾਂ ਨੇ 2 ਨਿੰਬੂ ਕੱਟ ਲਏ, ਇਹਨੂੰ ਆਪਾਂ ਚਾਰਨੀ ਦੇ ਵਿੱਚ ਦੀ ਪੁਣ ਲਵਾਂਗੇ, ਤਾਂ ਜੋ ਜਿਹੜੇ ਬੀ ਨੇ ਉਹ ਸਾਰੇ ਵਿੱਚ ਰਹਿ ਜਾਣ, ਰਸ਼ਾ ਇਕੱਲਾ ਜਾਰ ਦੇ ਵਿੱਚ ਚਲਿਆ ਜਾਵੇ। ਆਪਾਂ ਸਾਲਨੀ ਰਾਹੀਂ ਇਹਨੂੰ ਪੁਣ ਲੈਂਦੇ ਹਾਂ। ਦੋਨੀ ਨਿੰਬੂ ਨੂੰ ਆਪਾਂ ਨਿਚੋੜ ਲੈਂਦੇ ਹਾਂ, ਕਿਉਂਕਿ ਜਦ ਆਪਾਂ ਮੁੱਲ ਦਾ ਜਲ ਜੀਰਾ ਪੀਂਦੇ ਹਾਂ ਜੀ, ਉਹ 'ਚ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਕੀ ਕੁਛ ਮਿਕਸ ਕੀਤਾ ਹੁੰਦਾ। ਆਪਣੇ ਹੱਥੀਂ ਬਣਾ ਕੇ ਪੀਓ, ਸ਼ੁੱਧ ਪੀਓ। ਅੱਜ ਕੱਲ੍ਹ ਮੁੱਲ ਦੀਆਂ ਚੀਜ਼ਾਂ 'ਚ ਹਰੇਕ 'ਚ ਰਲਾਵਟ ਆ ਰਹੀ ਆ, ਕੁਛ ਨੈੱਟ 'ਤੇ ਦੇਖੀ ਜਾਂਦੇ ਹਾਂ ਵੀ ਐਂ ਕਰਤਾ ਐਂ ਮਿਲਾਵਟ ਕਰਤੀ, ਵਿੱਚੋਂ ਕੁਛ ਨਿਕਲ ਆਇਆ, ਕਦੇ ਕੁਛ ਨਿਕਲ ਆਇਆ, ਜਮੀ ਨਹੀਂ ਬਾਹਰਲੀ ਚੀਜ਼ ਖਾਣ ਪੀਣ ਨੂੰ ਜੀ ਕਰਦਾ। ਲਓ ਜੀ ਇਸੇ ਤਰ੍ਹਾਂ ਆਪਾਂ ਸਾਰੇ ਨਿੰਬੂਆਂ ਨੂੰ ਨਿਚੋੜ ਲੈਂਦੇ ਹਾਂ।
ਜੀਰੇ ਦੇ 2 ਚਮਚ ਭੁੰਨੇ ਤੇ 1 ਚਮਚ ਆਪਾਂ ਜੀਰੇ ਦੇ ਵਿੱਚ ਪਾ ਲੈਣੇ ਆ। ਕੁਛ ਆਪਾਂ ਪਾਵਾਂਗੇ ਉੱਪਰ ਰੱਖ ਲੈਣੇ, ਥੋੜਾ ਜਿਹਾ ਆਪਾਂ ਪਾਣੀ ਐਡ ਕਰਕੇ, ਥੋੜਾ ਜਿਹਾ ਪਾਣੀ ਐਡ ਕਰਾਂਗੇ, ਇਹਨੂੰ ਚੰਗੀ ਤਰ੍ਹਾਂ ਆਪਾਂ ਗ੍ਰੈਂਡ ਕਰ ਲੈਣੇ ਆ। ਦੇਖੋ ਆਪਾਂ ਸਾਰੀਆਂ ਚੀਜ਼ਾਂ ਪੀਸ ਲਈਆਂ, ਹੁਣ ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਠੰਡਾ ਪਾਣੀ ਐਡ ਕਰ ਲੈਂਦੇ ਹਾਂ, ਜਿੰਨੀ ਕੁ ਆਪਾਂ ਨੂੰ ਜ਼ਰੂਰਤ ਆ। ਬਸ ਜੀ, ਬਹੁਤ ਆਪਾਂ ਨੂੰ ਵਾਧੂ ਆ, ਲੀਟਰ ਕੁ ਪਾਣੀ ਦਾ ਹੋ ਗਿਆ ਇਹ। ਹੁਣ ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਫਲੇਵਰ ਵਾਸਤੇ ਜਲ ਜੀਰਾ ਪਾ ਲੈਂਦੇ ਹਾਂ। ਚਲੋ ਜੀ, ਹੁਣ ਆਪਾਂ ਜਿਹੜਾ ਪਾਣੀ ਤਿਆਰ ਕੀਤਾ ਤੇ ਉਹਨੂੰ ਆਪਾਂ ਗਲਾਸਾਂ ਦੇ ਵਿੱਚ ਪਾ ਲੈਂਦੇ ਆ। ਹੁਣ ਇਹਦੇ ਵਿੱਚ ਜਿਹੜਾ ਆਪਾਂ ਜੀਰਾ ਪੀਸ ਕੇ ਰੱਖਿਆ ਸੀ, ਜਿਹੜਾ ਜੀਰਾ ਆਪਾਂ ਪੀਸ ਕੇ ਰੱਖਿਆ ਸੀ, ਥੋੜ੍ਹਾ ਥੋੜ੍ਹਾ ਉਹ ਪਾ ਦਿੰਦੇ ਹਾਂ, ਕਿਉਂਕਿ ਜਲ ਜੀਰਾ ਤਾਂ ਹੀ ਬਣਦਾ ਜੀ, ਵਿੱਚ ਜੀਰੇ ਦਾ ਟੇਸਟ ਵੱਧ ਆਊਗਾ। ਥੋੜ੍ਹੀਆਂ ਜਿਹੀਆਂ ਪੱਤੀਆਂ ਆਪਾਂ ਪੁਦੀਨੇ ਦੀਆਂ ਪਾ ਲੈਂਦੇ, ਬੂੰਦੀ ਪਾਉਣੇ, ਲਓ ਜੀ ਆਪਣਾ ਜਲ ਜੀਰਾ ਬਣ ਕੇ ਤਿਆਰ ਆ। ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ, ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ, ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।